ਮਨਦੀਪ ਸਿੰਘ ਸਰਪੰਚ ਪਿੰਡ ਆਲਾ ਦਿੱਤਾ, ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਦਾ। ਹਾਂ, ਮੈਂ ਪਿੰਡ ਦੇ ਵਿੱਚ ਸਰਪੰਚ ਬਣੇ ਨੂੰ ਅਜੇ 9-10 ਮਹੀਨੇ ਹੀ ਹੋਏ ਹਨ ਅਤੇ ਪਿੰਡ ਦੇ ਵਿੱਚ ਕਾਫੀ ਕਾਰਜ ਪੂਰੇ ਕੀਤੇ ਹਨ, ਜਿਵੇਂ ਕਿ ਗਲੀਆਂ ਇੰਟਰਲੋਕ ਟਾਇਲ ਲਗਾਈ ਗਈ, ਲਗਭਗ 15-16 ਲੱਖ ਰੁਪਈਆ ਉੱਤੇ ਖਰਚ ਕੀਤਾ ਗਿਆ। ਇੱਕ ਛੱਪੜ ਪਟਾਇਆ ਗਿਆ ਜਿਸ ਵਿੱਚ ਲਗਭਗ 7.5-7 ਲੱਖ ਰੁਪਈਆ ਖਰਚ ਆਇਆ। ਡੇਰਿਆਂ ਨੂੰ ਪੱਕਿਆ ਕੀਤਾ ਗਿਆ, ਜਿਹੜੀ ਪਿੰਡ ਦੇ ਵਿੱਚੋਂ ਪੁਰਾਣੀ ਇੱਟ ਪੱਟੀ ਗਈ ਅਸੀਂ ਉੱਥੇ ਲਗਾਈ ਔਰ ਉਸਦਾ ਸਹੀ ਇਸਤੇਮਾਲ ਕੀਤਾ, ਮਨਰੇਗਾ ਥਰੂ ਕੀਤਾ ਗਿਆ। ਬਾਕੀ ਪਿੰਡ ਦੇ ਵਿੱਚ ਸਭ ਕੁਛ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ। ਬਾਕੀ ਹੁਣ ਜਿਹੜਾ 550 ਸਾਲਾ ਪ੍ਰਕਾਸ਼ ਪੁਰਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਆ ਰਿਹਾ ਹੈ, ਇੱਥੇ ਬਹੁਤ ਦੂਰੋਂ ਨੇੜਿਓਂ ਸੰਗਤਾਂ ਆਉਣੀਆਂ ਹਨ, ਸੋ ਪਿੰਡਾਂ ਵਿੱਚ ਵੀ ਅਸੀਂ ਕਮੇਟੀਆਂ ਬਣਾ ਲਈਆਂ ਹਨ ਤਾਂ ਜੋ ਉਹਨਾਂ ਨੂੰ ਇੱਥੇ ਪਿੰਡਾਂ ਵਿੱਚ ਠਹਿਰਾਇਆ ਜਾਵੇ ਅਤੇ ਉਹਨਾਂ ਦਾ ਸਹੀ ਤਰੀਕੇ ਨਾਲ ਉਹਨਾਂ ਦਾ ਸਾਂਭ ਸੰਭਾਲ ਹੋਵੇ ਉਹਨਾਂ ਦੀ, ਤਾਂ ਜੋ ਅਸੀਂ ਵੀ ਇਸ ਕੰਮ ਵਿੱਚ ਹਿੱਸਾ ਪਾ ਸਕੀਏ। ਇੱਥੇ ਆਉਣ ਵਾਲੀਆਂ ਸੰਗਤਾਂ ਨੂੰ ਔਰ ਇਲਾਕਾ ਨਿਵਾਸੀਆਂ ਨੂੰ ਸਾਡੇ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ। ਬਾਕੀ ਕਿ ਜਿਹੜੀ ਸਾਡੀ ਪਿੰਡ ਦੀ ਜ਼ਮੀਨ ਆ, ਪੰਚਾਇਤੀ ਜ਼ਮੀਨ ਆ, ਉਸ ਤੋਂ ਅਸੀਂ ਠੇਕਾ ਇਕੱਠਾ ਕਰਦੇ ਹੋ ਪਿੰਡ ਦੇ ਭਲੇ ਵਾਸਤੇ ਲਗਾਉਣਾ ਹੁੰਦਾ ਹੈ। ਉਸ ਦੇ ਵਿੱਚੋਂ ਸਰਕਾਰ ਨੇ 32% ਰੁਪਏ 32% ਜਿਹੜਾ ਉਹ ਸਰਕਾਰ ਦੇ ਖਜ਼ਾਨੇ 'ਚ ਚਲਾ ਜਾਂਦਾ, ਉਸ ਦੇ ਬਦਲੇ ਵਿੱਚ ਅਸੀਂ ਹਰ ਸਾਲ ਲਗਭਗ 25 ਲੱਖ ਰੁਪਈਆ ਗੌਰਮੈਂਟ ਦੇ ਖਜ਼ਾਨੇ ਦੇ ਵਿੱਚ ਭੇਜਦੇ ਹਾਂ ਆਪਣੇ ਪਿੰਡ ਵੱਲੋਂ, ਅਸੀਂ ਆਪਣੇ ਪਿੰਡ ਦੀ ਗੱਲ ਕਰ ਰਹੇ ਹਾਂ। ਪਰ ਉਸ ਦੇ ਬਦਲੇ ਵਿੱਚ ਸਾਨੂੰ ਨਾ ਕੋਈ ਗ੍ਰਾਂਟ ਮਿਲਦੀ ਹੈ ਸਰਕਾਰ ਵੱਲੋਂ ਅਤੇ ਨਾ ਹੀ ਉਸ 'ਤੇ ਕੋਈ ਹੋਰ ਸੁਵਿਧਾ ਮਿਲਦੀ ਆ ਸਾਨੂੰ। ਉਹ ਇਹ ਸਰਕਾਰ ਨੂੰ ਚਾਹੀਦਾ ਕਿ 32% ਬਹੁਤ ਜ਼ਿਆਦਾ ਆ, ਇਸ ਨੂੰ ਘੱਟ ਕੀਤਾ ਜਾਵੇ ਅਤੇ ਪਲੱਸ ਪਿੰਡਾਂ ਨੂੰ ਬਿਲਕੁਲ ਬਰਾਬਰੀ ਦੇ ਆਧਾਰ 'ਤੇ ਗ੍ਰਾਂਟਾਂ ਦਿੱਤੀਆਂ ਜਾਣ, ਨਾ ਕਿ ਕਿਸੇ ਨੂੰ 15 ਲੱਖ ਮਿਲ ਜਾਵੇ ਅਤੇ ਕਿਸੇ ਨੂੰ ਕੁਛ ਵੀ ਨਾ ਮਿਲੇ, ਇੱਦਾਂ ਹੋਣਾ ਨਹੀਂ ਚਾਹੀਦਾ। ਸਾਨੂੰ ਐਤਕੀ ਸਿਰਫ 2 ਲੱਖ ਰੁਪਏ ਦੀ ਗ੍ਰਾਂਟ ਮਿਲੀ ਸੀਗੀ, 2,01,900 ਕੁਛ ਸੀ, ਮੈਨੂੰ ਯਾਦ ਨਹੀਂ ਗਾ ਪੂਰਾ ਪ੍ਰੋਪਰ ਅਮਾਊਂਟ, ਪਰ ਉਹ ਵੀ ਸਾਨੂੰ 14ਵੇਂ ਪੇ ਕਮਿਸ਼ਨ ਦੀ ਮਿਲੀ, ਸਾਨੂੰ ਹੋਰ ਕੋਈ ਗ੍ਰਾਂਟ ਨਹੀਂ ਮਿਲੀ। 550 ਸਾਲਾਂ ਕਰਕੇ ਗ੍ਰਾਂਟਾਂ ਤਾਂ ਬਹੁਤ ਆਈਆਂ ਪਰ ਸਾਡੇ ਪਿੰਡ ਨੂੰ ਹਜੇ ਤੱਕ ਕੋਈ ਗ੍ਰਾਂਟ ਨਹੀਂ ਮਿਲੀ। ਪਰ ਉਲਟੇ ਦੇ ਵਿੱਚ ਅਸੀਂ ਐਤਕੀ 4,63,000 ਰੁਪਈਆ ਪੰਜਾਬ ਸਰਕਾਰ ਦੇ ਖਾਤੇ ਵਿੱਚ ਜਮ੍ਹਾਂ ਕਰਵਾਇਆ ਆ, ਇੱਦਾਂ ਹੀ ਹਰ ਸਾਲ ਕਰਵਾਉਂਦੇ ਹਾਂ। ਪਰ ਇਹ ਪੈਸੇ ਪਿੰਡ ਦੇ ਪਿੰਡ ਵਿੱਚ ਲੱਗਣੇ ਚਾਹੀਦੇ ਆ, ਸਾਡੀ ਸਰਕਾਰ ਅੱਗੇ ਬੇਨਤੀ ਆ ਕਿ ਇਹ ਵਾਲੇ ਪੈਸੇ ਪਿੰਡ ਵਿੱਚ ਲੱਗਣ ਜਾਂ ਇਸ ਨੂੰ ਬਹੁਤ ਇਸ ਦਾ ਜਿਹੜਾ ਪ੍ਰਸੈਂਟ 32% ਆ ਉਹਨੂੰ ਘਟਾ ਕੇ ਅੱਧਾ ਕੀਤਾ ਜਾਵੇ। ਜੋ ਦੇਸ਼ ਵਿੱਚ ਇੱਕ ਦੇਸ਼ ਇੱਕ ਟੈਕਸ ਨਾਂ ਦੇ ਨਾਰਾ ਲਗਾਉਂਦਾ ਹੈ, ਉਸ 'ਤੇ ਪੂਰਨ ਦੂਜੇ ਤਰੀਕੇ ਨਾਲ ਵੀ ਚੱਲਣ ਦੀ ਲੋੜ ਆ, ਜਿਵੇਂ ਸਾਡੇ ਕੋਲ 18% ਕਈ ਚੀਜ਼ਾਂ ਦੇ ਖੇਤੀਬਾੜੀ ਦੇ 28% ਵੀ ਸਾਡੇ ਕੋਲ ਆ ਜਾਂਦਾ ਆ, ਅਸੀਂ ਉਸ ਉੱਤੇ ਅਸੀਂ ਟੈਕਸ ਪੇ ਕਰ ਰਹੇ ਹਾਂ, ਐਗਰੀਕਲਚਰ ਦੇ ਉੱਤੇ ਵੀ ਟੈਕਸ ਪੇ ਕਰ ਰਹੇ ਹਾਂ, ਜਿਵੇਂ ਪੈਸਟੀਸਾਈਡ ਦੇ ਉੱਤੇ 28% ਟੈਕਸ ਆ ਉਹ ਅਸੀਂ ਪੇ ਕਰ ਰਹੇ ਹਾਂ, ਪਰ ਸਾਨੂੰ ਉਨੀਆਂ ਉਹ ਸਹੂਲਤਾਂ ਵੀ ਦਿੱਤੀਆਂ ਜਾਣ, ਜਿੱਦਾਂ ਕਿ ਕਿਸਾਨੀ ਨਾਲ ਰਿਲੇਟਡ ਸਾਡੇ ਆਲੂਆਂ ਦੀ ਸਾਡੀ ਜਿਹੜੀ ਬੈਲਟ ਕਪੂਰਥਲਾ ਜਲੰਧਰ ਬੈਲਟ ਹੈ, ਆਲੂਆਂ ਦੀ ਬੈਲਟ ਹੈ, ਇੱਥੇ ਆਲੂ ਪੈਦਾ ਕੀਤੇ ਜਾਂਦੇ ਹਨ, ਆਲੂ ਦਾ ਮੰਡੀਕਰਨ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਜੋ ਕਿਸਾਨਾਂ ਦੇ ਵਿੱਚ ਕਿਸਾਨਾਂ ਦੀ ਆਮਦਨ ਵਧਾਈ ਜਾ ਸਕੇ। ਬਾਕੀ ਜਿਹੜਾ ਇੱਥੇ ਇੱਕ ਫਰੂਟ ਦੇ ਨਾਲ ਜੋ ਚੀਜ਼ ਆਉਂਦੀ ਹੈ ਖਰਬੂਜਾ ਦਵਾਣਾ, ਉਸਦਾ ਵੀ ਸਹੀ ਮੰਡੀਕਰਨ ਕੀਤਾ ਜਾਵੇ ਤਾਂ ਜੋ ਕਿਸਾਨੀ ਨੂੰ ਬਚਾਇਆ ਜਾ ਸਕੇ। ਇੱਕ ਬੰਨੇ ਸਰਕਾਰ ਕਹਿ ਰਹੀ ਹੈ ਕਿ ਪਰਾਲੀ ਨੂੰ ਅੱਗ ਨਾ ਲਾਓ, ਅਸੀਂ ਵੀ ਇਸ ਦੇ ਖਿਲਾਫ਼, ਅਸੀਂ 3 ਸਾਲ ਤੋਂ ਪਰਾਲੀ ਨੱਪ ਰਹੇ ਹਾਂ ਧਰਤੀ ਹੇਠ, ਪਰ ਉਸ 'ਤੇ ਖਰਚਾ 5-6 ਹਜ਼ਾਰ ਰੁਪਈਆ ਕਿੱਲੇ ਦਾ ਚੜ੍ਹ ਜਾਂਦਾ ਆ। ਇਸ 'ਤੇ ਵੀ ਸਰਕਾਰ ਨੂੰ ਚਾਹੀਦਾ ਕਿ ਇਸ 'ਤੇ ਸਬਸਿਡੀ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਦੀ ਜਿਹੜੀ ਟੁੱਟਦੀ ਕਮਰ ਨੂੰ ਬਚਾਇਆ ਜਾ ਸਕੇ। ਕਿਸਾਨ ਸਰਕਾਰ ਦੇ ਨਾਲ ਆ ਕਿ ਪਰਾਲੀ ਨਹੀਂ ਸਾੜਨੀ, ਪਰ ਸਰਕਾਰ ਦਾ ਵੀ ਇੱਥੇ ਫਰਜ਼ ਬਣਦਾ ਆ ਕਿ ਅਸੀਂ ਇਹਨਾਂ ਨੂੰ ਸਬਸਿਡੀ ਦਿੱਤੀ ਜਾਵੇ, ਕਿਸਾਨਾਂ ਨੂੰ ਬਚਾਇਆ ਜਾ ਸਕੇ। ਲੋਕ ਟੈਕਸ ਦੇ ਰਿਹਾ, ਹਰ ਇੱਕ ਚੀਜ਼ 'ਤੇ ਟੈਕਸ, ਹਰ ਇੱਕ ਵਿਅਕਤੀ ਟੈਕਸ ਦੇ ਰਿਹਾ, ਤਾਂ ਸਿਹਤ ਸਹੂਲਤਾਂ ਦੇ ਵਿੱਚ ਵੀ ਹੋਣਾ ਚਾਹੀਦਾ ਕਿ ਉਹਨਾਂ ਦਾ ਇਲਾਜ ਫਰੀ ਹੋਵੇ, ਮੈਡੀਕਲ ਸਾਰਾ ਫਰੀ ਹੋਣਾ ਚਾਹੀਦਾ ਜਿੱਦਾਂ ਕਿ ਦਿੱਲੀ ਵਿੱਚ ਵੀ ਹੈਗਾ ਆ, ਪਲੱਸ ਸਿੱਖਿਆ ਫਰੀ ਹੋਣੀ ਚਾਹੀਦੀ ਆ ਸਾਰੀ। ਬਾਕੀ ਜਿਹੜਾ 60 ਸਾਲਾਂ ਤੋਂ ਬਾਰਾ ਵਿਅਕਤੀ ਨੂੰ ਪੈਨਸ਼ਨ ਲੱਗਦੀ ਹੈ ਉਹ ਇੱਕ ਵੇਖਿਆ ਜਾ ਰਿਹਾ ਕਿ ਜ਼ਿਮੀਂਦਾਰਾਂ ਨੂੰ ਨਹੀਂ ਦੇ ਰਹੇ 60 ਸਾਲ ਤੋਂ ਬਾਅਦ, ਇਹ ਹਰ ਵਰਗ ਨੂੰ ਮਿਲਣੀ ਚਾਹੀਦੀ, ਬਿਨਾਂ ਭੇਦਭਾਵ ਦੇ ਮਿਲਣੀ ਚਾਹੀਦੀ ਆ। ਜੇ ਇੱਕ ਦੇਸ਼ ਇੱਕ ਟੈਕਸ ਆ ਤਾਂ ਇਹ ਸਾਰਾ ਚੀਜ਼ਾਂ ਇਹ ਵੀ ਨਾਲ ਹੋਣੀਆਂ ਚਾਹੀਦੀਆਂ,
ਕੀ ਗੱਲ, ਉਹ 60 ਸਾਲ ਵਾਲਾ ਜ਼ਿਮੀਂਦਾਰ ਬੰਦਾ, ਉਹਨੇ ਟੈਕਸ ਨਹੀਂ ਦਿੱਤਾ ਹੁੰਦਾ, ਇਸ ਕਰਕੇ ਉਸਨੂੰ ਵੀ ਹੀ ਪੈਨਸ਼ਨ ਦਾ ਮਿਲਣਾ ਚਾਹੀਦਾ ਅਧਿਕਾਰ।